Yes, we are live. Friends, this is Chandigarh Sub-20 Sub-God ground team. ਅਸੀਂ ਅੱਜ ਨਯਾ ਗਾਓਂ ਵਿਖੇ ਇੱਕ ਇੱਥੇ ਜਗ੍ਹਾ ਹੈ ਇਹ ਤੁਸੀਂ ਦੇਖੋ ਇੱਥੇ ਆਏ ਹਾਂ ਇਹ ਜੋ ਲੋਕ ਨੇ ਇਹ ਇਹਨਾਂ ਨੂੰ ਉਜਾੜ ਦਿੱਤਾ ਗਿਆ ਇਹਨਾਂ ਦੀ ਜਗ੍ਹਾ ਤੋਂ ਇਹ ਰਾਜਸਥਾਨ ਦੇ ਨੇੜੇ ਕਿਤੇ ਰਹਿਣ ਵਾਲੇ ਸੀਗੇ ਉੱਧਰੋਂ ਇਹਨਾਂ ਨੂੰ ਉਜਾੜ ਕੇ ਇੱਥੇ ਆ ਕੇ ਫਿਰ ਬਸੇ ਨੇ ਅਸੀਂ ਅੱਜ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਜੋ ਅਸੀਂ ਰੋਜ਼ ਫੂਡ ਕਲੈਕਟ ਕਰਦੇ ਹਾਂ ਫੂਡ ਕਲੈਕਸ਼ਨ ਦਾ ਕੰਮ ਅਸੀਂ 1 ਤਰੀਕ ਤੋਂ ਸ਼ੁਰੂ ਕੀਤਾ ਸੀ ਨਵੇਂ ਸਾਲ ਤੋਂ ਉਹ ਫੂਡ ਅਸੀਂ ਇਹਨਾਂ ਨੂੰ ਦਈਏ ਅਤੇ ਉਹ ਅਸੀਂ ਕੱਲ੍ਹ ਰਾਤੀ ਜੋ ਕਲੈਕਟ ਕੀਤਾ ਸੀ 4-star 5-star ਹੋਟਲਸ ਤੋਂ ਉਹ ਖਾਣਾ ਅਸੀਂ ਅੱਜ ਇਹਨਾਂ ਨੂੰ ਦੇਵਾਂਗੇ ਉਹਦੇ ਨਾਲ ਅਸੀਂ ਇਹਨਾਂ ਨੂੰ ਕੁਝ ਕੱਪੜੇ ਵੀ ਡੋਨੇਟ ਕਰਾਂਗੇ ਜੋ ਅਸੀਂ ਪੂਰੇ ਟ੍ਰਾਈ ਸਿਟੀ 'ਚ ਇਕੱਠੇ ਕੀਤੇ ਆ ਉਹ ਕੱਪੜੇ ਅਸੀਂ ਉੱਦਾਂ ਤਾਂ ਡੇਲੀ ਬੇਸਿਸ 'ਤੇ ਕਿਤੇ ਨਾ ਕਿਤੇ ਵੰਡਦੇ ਰਹਿੰਦੇ ਸੀਗੇ ਬਟ ਅਸੀਂ ਸੋਚਿਆ ਕਿ ਅੱਜ ਮਾਘੀ ਹੈਗਾ ਆ ਅਤੇ ਉਸ ਮੌਕੇ 'ਤੇ ਅਸੀਂ ਇੱਧਰ ਆਈਏ ਤਾਂ ਲੋਕਾਂ ਨੂੰ ਕੱਪੜੇ ਵਗੈਰਾ ਵੰਡੀਏ ਥੋੜ੍ਹਾ ਲਗਜ਼ਰੀ ਖਾਣਾ ਇਹਨਾਂ ਨੂੰ ਦਿਖਾਈਏ ਟੇਸਟ ਕਰਵਾਈਏ ਦੋਸਤੋ ਸਿਰਫ ਇੱਕ ਵਾਰ ਹਾਲਾਤ ਦੇਖੋ ਇੱਥੇ ਤੁਸੀਂ ਇਸ ਇਲਾਕੇ ਦੇ ਹਾਲਾਤ ਦੇਖੋਗੇ ਅਤੇ ਤੁਹਾਨੂੰ ਇੱਕ ਆਪੇ ਹੀ ਐਕਸਪੀਰੀਅੰਸ ਹੋ ਜਾਵੇਗਾ ਕਿ ਕਿੰਨੇ ਮਾੜੇ ਹਾਲਾਤਾਂ 'ਚ ਇਹ ਲੋਕ ਰਹਿ ਰਹੇ ਨੇ ਇਹ ਦੋਸਤੋ ਜਿਸ ਜਗ੍ਹਾ 'ਤੇ ਮੈਂ ਖੜ੍ਹਾ ਹਾਂ ਇਸ ਵੇਲੇ ਇੱਕ ਨਦੀ ਹੈ ਉਸ ਨਦੀ ਵਿੱਚ ਇਹ ਲੋਕ ਰਹਿੰਦੇ ਨੇ ਇੱਕ ਇਹ ਮੈਂ ਕੁਛ ਬੱਚਿਆਂ ਨਾਲ ਤੁਹਾਨੂੰ ਮਿਲਾਉਣਾ ਚਾਹੂੰਗਾ ਹੈਲੋ ਦੋਸਤੋ ਫੋਟੋ ਖਿੱਚੋਗੇ ਮੇਰੇ ਸਾਥ ਫੋਟੋ ਖਿੱਚੋਗੇ ਇਹ ਦੇਖੋ ਹੀ ਇਜ਼ ਮਾਈ ਫਰੈਂਡ ਨਾਮ ਕਿਆ ਹੈ ਆਪਕਾ ਨਾਮ ਕਿਆ ਹੈ ਬੇਟਾ ਡਰ ਕਿਉਂ ਰਹੇ ਹੋ ਖਾਣਾ ਖਾਓਗੇ ਖਾਣਾ ਖਾਓਗੇ ਉਹ ਤਾਂ ਖਾਣਾ ਹੈ ਆ ਜਾਓ ਮੇਰੇ ਸਾਥ ਆਈ ਥਿੰਕ ਹੀ ਇਜ਼ ਸਕੇਅਰਡ ਡਰ ਰਿਹਾ ਹੈ ਸ਼ਾਇਦ ਮੇਰੇ ਕੋਲੋਂ ਡਰਨਾ ਨਹੀਂ ਹੈ ਠੀਕ ਹੈ ਇਹ ਦੇਖੋ ਮੈਂ ਆਪਕੀ ਫੋਟੋ ਖਿੱਚ ਲੂੰ ਫੋਟੋ ਖਿੱਚ ਲੂੰ ਆਪਕੀ ਫੋਟੋ ਖਿੱਚ ਲੂੰ ਆਪਕਾ ਨਾਮ ਕਹੇ ਵੀ ਓ ਨਹੀਂ 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 ਇਹ ਦੇਖੋ 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 ਇਹ ਕੌਣ ਹੈ ਇਹ ਦੇਖੋ ਇਹ ਕੌਣ ਹੈ ਇਹ ਦੇਖੋ ਇਹ ਦੇਖੋ ਕੌਣ ਹੈ ਬੇਬੀ ਨੋ 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 ਓ ਮੇਰਾ ਬੇਬੀ ਆ ਜਾਓ ਆ ਜਾਓ ਆ ਜਾਓ ਮੈਂ ਆਪਕੋ ਖਾਣਾ ਦੂੰ ਆ ਜਾਓ ਖਾਣਾ ਖਾਓਗੇ ਖਾਣਾ ਆ ਜਾਓ ਇਸਕੋ ਲਿਆ ਉਠਾ ਕੇ ਇਸਕੋ ਕੁਛ ਖਾਣੇ ਕੋ ਦੇਤੇ ਹੈ ਘਬਰਾ ਗਿਆ ਨਾ ਇਹ ਮੈਂ ਇਸਕੀ ਉਹ ਫੋਟੋ ਖਿੱਚ ਰਿਹਾ ਥਾ ਮੈਨੇ ਕਿਹਾ ਇਸਕੀ ਆ ਜਾਓ ਆਪਕੀ ਫੋਟੋ ਖਿੱਚੂ ਯਹਾਂ ਪਰ ਮੈਨੇ ਇਸਕੋ ਦਿਖਾਇਆ ਤੋ ਘਬਰਾ ਗਿਆ ਉਹ ਛੋਟਾ ਹੈ ਨਾ ਆਓ ਇਸਕੋ ਲੈ ਕੇ ਆਓ ਸਾਥ ਮੈਂ ਇਸਕੋ ਕੁਛ ਖਾਣੇ ਕੋ ਦੇਤੇ ਹੈ ਰੋ ਰਹਾ ਹੈ ਕੱਪੜੇ ਵੀ ਹੋਗੇ ਹਮਾਰੇ ਪਾਸ ਬੱਚੋਂ ਵਾਲੇ ਕੱਪੜੇ ਵਗੈਰਾ ਵੀ ਦੇਤੇ ਹੈ ਉਹ ਆ ਗਿਆ ਸਭ ਸੁਰਜੀਤ ਇਹ ਕੀ ਅਸੀਂ ਸਰਵ ਕਰ ਰਹੇ ਹਾਂ ਜਿਹਨਾਂ ਨੂੰ ਯੂ ਆਰ ਲਾਈਵ ਔਨ ਫੇਸਬੁੱਕ ਫਰੋਮ ਆਰ ਓਫੀਸ਼ੀਅਲ ਸਵਮੈਂਟੀ ਸਭ ਗੋਟ ਫੇਸਬੁੱਕ ਪੇਜ ਮਾਈਗ੍ਰੈਂਟ ਲੇਬਰ ਨੇ ਇਹ ਰਾਜਸਥਾਨ ਤੋਂ ਬਿਲੋਂਗ ਕਰਦੇ ਆ ਔਰ ਅਦਰ ਪਾਰਟਸ ਆਫ ਇੰਡੀਆ ਤੋਂ ਬਿਲੋਂਗ ਕਰਦੇ ਨੇ ਇਹ ਵੀ ਪਿੰਡ ਦੇ ਵਿੱਚ ਰਹਿੰਦੇ ਸੀ ਭਾਵੇਂ ਇੱਕ ਗਰੀਬ ਸੀਗੇ ਲੇਕਿਨ ਇਹਨਾਂ ਦਾ ਪਿੰਡ ਸੀਗਾ ਪ੍ਰੋਪਰ ਰਹਿੰਦੇ ਸੀਗੇ ਲੇਕਿਨ ਗਵਰਨਮੈਂਟ ਪਾਲਿਸੀਜ਼ ਦੇ ਕਾਰਨ ਇਹ ਡਿਸਲੋਕੇਟ ਹੋ ਗਏ ਆਪਣੀ ਜੋ ਪੁਸ਼ਤੈਨੀ ਜਗ੍ਹਾ ਸੀਗੀ ਇਹਨਾਂ ਦੇ ਪਿੰਡ ਸੀਗੇ ਨਰਮਦਾ ਵਾਲੇ ਕਾਫੀ ਉਸ ਜੋ ਨਰਮਦਾ ਅੰਦੋਲਨ ਦੇ ਕਾਰਨ ਜੋ ਮਾਈਗ੍ਰੈਂਟ ਲੇਬਰ ਬਣ ਗਏ ਨੇ ਤੇ ਉਹ ਅੱਗੇ ਰਹਿੰਦੇ ਨੇ ਉਹਨਾਂ ਨੂੰ ਬੁਲਾਇਆ ਆਪਾਂ ਉਹ ਆ ਰਹੇ ਨੇ ਇੱਕ ਦੋਸਤੋ ਇਹ ਤੁਹਾਨੂੰ ਆਈਡੀਆ ਦਿੱਤਾ ਸਵਰਨ ਨੇ ਠੀਕ ਹੈ ਤੇ
ਅੱਜ ਮੈਂ ਤੁਹਾਨੂੰ ਇਹਨਾਂ ਦਾ ਥੋੜ੍ਹਾ ਜਿਹਾ ਰਹਿਣ ਸਹਿਣ ਦਾ ਜੋ ਤਰੀਕਾ ਹੈ ਉਹ ਦਿਖਾਉਣਾ ਚਾਹੂੰਗਾ, ਤਾਂ ਕਿ ਤੁਹਾਨੂੰ ਇੱਕ ਆਈਡੀਆ ਮਿਲੇਗਾ ਕਿ ਲੋਕ ਅੱਜ ਵੀ ਇਹ ਦੋਸਤੋ ਚੰਡੀਗੜ੍ਹ ਤੋਂ ਬਹੁਤ ਜ਼ਿਆਦਾ ਦੂਰ ਜਗ੍ਹਾ ਨਹੀਂ ਹੈ। ਅਸੀਂ PGI ਹੋਸਪਿਟਲ ਤੋਂ ਮੁਸ਼ਕਿਲ ਨਾਲ 10 ਕਿਲੋਮੀਟਰ ਆਏ ਹਾਂ ਦੂਰ, ਮੁਸ਼ਕਿਲ ਨਾਲ 10 ਕਿਲੋਮੀਟਰ, ਅਤੇ ਇਹ ਹਾਲਾਤ ਨੇ। ਨਦੀ ਹੈ ਦੋਸਤੋ, ਇਹ ਨਦੀ ਦੇ ਵਿੱਚ ਇੱਥੇ ਇਹਨਾਂ ਨੇ ਆਪਣਾ ਰਹਿਣ ਸਹਿਣ ਦਾ ਅਰੇਂਜਮੈਂਟ ਕੀਤਾ ਹੈ। ਠੀਕ ਹੈ, ਇਹ ਦੇਖੋ, ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਕੀ ਹਾਲ ਨੇ। ਕਿਆ ਲੈ ਕੇ ਆ ਰਹੇ ਹੋ ਭਈਆ? ਖਾਣਾ ਲੈ ਕੇ ਆ ਰਹੇ। ਖਾਣਾ ਸਹੀ ਹੈ, ਬੜੀਆ ਸਿਸਟਾ ਰਹੀ ਹੈ। ਸਹੀ, ਹਾਂ ਬਿਲਕੁਲ। ਅੱਛਾ, ਟੇਸਟੀ ਲੱਗਤਾ ਹੈ ਖਾਣਾ ਆਪਕੋ? ਟੇਸਟੀ ਲੱਗੇਗਾ, ਸਾਬ ਤੱਕ ਤੋ ਮਿਲੇਗਾ ਵੀ ਲਈਏ ਖਾਣਾ। ਹਾਂ ਬਹੁਤ ਅੱਛਾ ਹੈ, ਠੀਕ ਹੈ, ਪੇਟ ਭਰ ਕੇ ਖਾਣਾ। ਪੇਟ ਭਰ ਕੇ ਪਹਿਲੇ ਵੀ ਆਏ ਥੇ ਆਪਕੇ ਪਾਸ ਦੇਨੇ? ਹਾਂ ਇੱਥੇ। ਹਾਂ ਬਸ, ਜਾਓਗੇ ਇਤਨਾ ਹੀ ਲੇਤੇ ਚਲੇਂਗੇ। ਹਾਂ, ਔਰ ਖਾਣਾ ਟੇਸਟੀ ਲੱਗਤਾ ਹੈ ਆਪਕੋ? ਟੇਸਟਿੰਗ ਤੋ ਬੜੀਆ ਲੱਗ ਰਹਾ ਹੈ। ਬੜੀਆ ਲੱਗਤਾ ਹੈ, ਹਾਂ ਬਸ ਸਹੀ ਹੈ ਭਈਆ। ਫਰੈਂਡਸ, ਇਹ ਤੁਸੀਂ ਦੇਖਿਆ ਕਿੰਨੇ ਖੁਸ਼ ਸੀਗੇ, ਇਹਨਾਂ ਦੀ ਚਿਹਰਿਆਂ ਦੀ ਖੁਸ਼ੀ ਦੇਖੋ ਬਈ। ਇਹਨਾਂ ਨੂੰ ਜਦੋਂ ਖਾਣਾ ਮਿਲਦਾ, ਇਹਨਾਂ ਨੂੰ ਬਸ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਇਹ ਪੇਟ ਭਰ ਕੇ ਖਾ ਲੂਗੇ ਅਤੇ ਇਹਨਾਂ ਨੂੰ ਭਰ ਪੇਟ ਖਾਣਾ ਮਿਲ ਜਾਏਗਾ, ਬਸ ਇੰਨੀ ਹੀ ਇਹਨਾਂ ਨੂੰ ਸੰਤੁਸ਼ਟੀ ਹੈ। ਅਤੇ ਯੂ ਕੈਨ ਸੀ ਇਟ ਯੂਅਰ ਸੈਲਫ, ਯੂ ਕੈਨ ਐਕਸਪੀਰੀਅੰਸ ਇਟ ਯੂਅਰ ਸੈਲਫ। ਦੋਸਤੋ, ਹੁਣ ਮੈਂ ਇੱਥੇ ਵੀਡੀਓ ਬੰਦ ਕਰ ਰਿਹਾ ਹਾਂ। ਹਾਂਜੀ, ਕੁਛ ਕਹਿਣਾ ਚਾਹੁੰਦੇ ਹੋ? ਯੈਸ, ਯੂ ਵਾਂਟ ਟੂ ਸੇ ਸਮਥਿੰਗ? ਹਾਂ, ਬਹੁਤ ਸਾਰੇ ਲੋਕ ਨਾ ਜੋ ਆਪਣੇ NRI ਜੁੜੇ ਹੋਏ ਆ, ਲੋਕਲ ਨੇ, ਗਰੁੱਪਸ ਦੇ ਵਿੱਚ ਨੇ, ਉਹ ਸਾਰੇ ਪੁੱਛ ਰਹੇ ਸੀਗੇ ਕਿ ਹੂ ਇਜ਼ ਅੰਕਲ ਜੀ, ਅੰਕਲ ਜੀ। ਆਪਾਂ ਬਹੁਤ ਵਾਰ ਕਰਦੇ ਨਾ, ਅੰਕਲ ਜੀ ਇੱਦਾਂ ਕਰ ਰਹੇ, ਅੰਕਲ ਜੀ ਉੱਦਾਂ ਕਰ ਰਹੇ ਨਾ। ਸੋ ਹੀ ਇਜ਼ ਵਨ ਆਫ ਦੀ ਕਾਇੰਡੈਸਟ ਸੋਲ, ਜਿਸ ਦੇ ਜੋ ਸਾਡੇ ਮੈਂਟਰ ਵੀ ਹੈ ਸਰ ਹਿਊਮੈਨਿਟੀ ਦੇ, ਹੀ ਇਜ਼ ਵਨ ਆਫ ਦੀ ਕਾਇੰਡੈਸਟ ਸੋਲ ਦੈਟ ਵੀ ਮੈਟ ਇਨ ਦਿਸ ਬਿਊਟੀਫੁਲ ਜਰਨੀ ਆਫ ਸਰ ਹਿਊਮੈਨਿਟੀ। ਮੇਰੇ ਖਿਆਲ ਸਾਡੀ ਖੁਸ਼ ਨਸੀਬੀ ਹੈ ਕਿ ਅਸੀਂ ਅੰਕਲ ਨਾਲ ਮਿਲੇ ਹਾਂ ਨਾ, ਫੋਟੋ ਵਗੈਰਾ ਸਾਰੇ ਦੇਖਦੇ ਹਾਂ ਅਸੀਂ, ਅੰਕਲ ਜੀ ਕਰਕੇ ਲਿਖ ਦਈਦੇ ਆ। ਆਲਦੋ ਹੀ ਇਜ਼ ਨੋਟ ਅ ਟੀਮ ਮੈਂਬਰ, ਬਟ ਵੀ ਆਰ ਗਲੈਡ ਟੂ ਬੀ ਐਸੋਸੀਏਟਿਡ ਵਿਦ ਹਿਮ। ਸੋ ਅੰਕਲ ਜੀ ਹਲੇ ਵੀ ਸਮਝਾ ਰਹੇ ਹੈ ਸਫਾਈ ਦਾ ਮਹੱਤਵ ਇਹਨਾਂ ਨੂੰ, ਬਟ ਅੰਕਲ ਬਹੁਤ ਜ਼ਿਆਦਾ ਇਮੋਸ਼ਨਲ ਰੋ ਪੈਂਦੇ ਕਈ ਵਾਰ ਨਾ। ਦੋਸਤੋ ਕੱਪੜੇ ਕੱਢਣ ਗਏ ਆ ਉਹ, ਹਾਂ ਉਹਨਾਂ ਨੂੰ ਕੱਪੜੇ ਹੈ, ਕੱਪੜੇ ਦਾ ਵੀ ਭਾਈ ਦਿਖਾਈਏ ਜੋ ਸਾਡੇ ਵਿਊਅਰਸ ਨੇ, ਟ੍ਰਾਈ ਸਿਟੀ ਤੋਂ ਕਲੈਕਟ ਕੀਤੇ ਆਪਾਂ। ਹਾਂ, ਇਹ ਟ੍ਰਾਈ ਸਿਟੀ ਤੋਂ ਕਲੈਕਟ ਕੀਤੇ, ਕਾਫੀ ਸਾਰੇ ਵਿਊਅਰ ਸਾਨੂੰ ਲਾਈਵ ਦੇਖ ਰਹੇ ਨੇ ਇਸ ਵੇਲੇ। ਹਾਂ, ਦੇ ਆਰ ਲਾਈਵ। ਅਤੇ ਦੋਸਤੋ, ਇਹ ਹੁਣ ਅਸੀਂ ਖਾਣਾ ਵੰਡਿਆ ਇਹਨਾਂ ਨੂੰ, ਖਾਣੇ ਤੋਂ ਬਾਅਦ ਇਹ ਬਹੁਤ ਖੁਸ਼ ਨੇ ਸਾਰੇ। ਹੁਣ ਅਸੀਂ ਇਹਨਾਂ ਨੂੰ ਕੱਪੜੇ ਵੰਡਣ ਨੇ ਸ਼ੁਰੂ ਕਰਨ ਲੱਗੇ ਹਾਂ। ਆਓ, ਮੈਂ ਦੋਸਤੋ ਤੁਹਾਨੂੰ ਜੋ ਅਸੀਂ ਅੰਕਲ ਜੀ ਹਰ ਵਾਰ ਕਰੀਦਾ, ਲੈ ਮੀ ਸ਼ੋ ਯੂ ਹੂ ਇਜ਼ ਆਰ ਅੰਕਲ ਜੀ। ਇਹਨਾਂ ਨੂੰ ਦੇਖ ਕੇ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ, ਇਹਨਾਂ ਨੂੰ ਦੇਖ ਕੇ ਹੀ ਸਾਨੂੰ ਹਿੰਮਤ ਮਿਲਦੀ ਹੈ, ਬਹੁਤ ਪੋਜ਼ਿਟਿਵ ਵਾਈਬਸ ਮਿਲਦੀਆਂ ਨੇ ਕਿ ਇਸ ਉਮਰ 'ਤੇ ਇੰਨੀ ਹਿੰਮਤ ਕਰਕੇ ਇੰਨਾ ਕੰਮ ਕਰ ਰਹੇ, ਅਤੇ ਅਸੀਂ ਇੰਨੇ ਯੰਗ ਏਜ 'ਤੇ ਕਿਉਂ ਨਹੀਂ ਕਰ ਸਕਦੇ। ਅੰਕਲ ਜੀ, ਯੂ ਆਰ ਲਾਈਵ। ਨਹੀਂ ਅੰਕਲ ਜੀ, ਯੂ ਆਰ ਲਾਈਵ ਔਨ ਆਰ ਫੇਸਬੁੱਕ। ਐਕਚੁਅਲੀ ਹੀ ਡੋਨਟ ਲਾਈਕ ਟੂ ਬੀ ਫਿਲਮਡ। ਉਹ ਥੋੜਾ ਕਪੜਾ ਪਰ ਹੈ ਨਾ, ਚੋ ਚੱਕ ਹੋ ਗਿਆ ਹੈ, ਬੜੀਆ ਹੈ, ਬਰੰਦੀ ਹੈ, ਚਲਿਏ ਪੁਆਇੰਟ ਤੇ ਕਰਨੀ ਹੈ, ਪੈਂਟ ਹੋਗਾ ਤਾਂ ਉਹ ਵੀ ਮਿਲ ਜਾਏਗਾ। ਦੇਖੋ ਵੀ ਇਹ ਕਪੜੇ ਲਾਏ ਹੈ, ਸਾਈਜ਼ ਕਾ ਆਪਕੇ ਨਾਪ ਕਾ ਹੋਗਾ ਤੋ ਆਪਕੋ ਦੇ ਦੇਂਗੇ, ਨਹੀਂ ਹੋਗਾ ਤੋ ਜਬ ਅਗਲੀ ਵਾਰ ਆਏਂਗੇ ਫਿਰ ਲੈਤੇ ਆਏਂਗੇ। ਠੀਕ ਹੈ, ਅਬ ਆਪਕੇ ਪਾਸ ਤੋ ਆਤੇ ਰਹੇਂਗੇ। ਅਗਲੀ ਆਪਨੇ ਹਮੇ ਹੁਕਮ ਦੇ ਦਿਆ ਮਾਂ ਜੀ, ਅਗਲੀ ਵਾਰ ਕੰਬਲ ਲੈ ਕੇ ਆਏਂਗੇ, ਕੋਸ਼ਿਸ਼ ਕਰੇਂਗੇ ਜਿਤਨਾ ਜਲਦੀ ਲੈ ਕੇ ਆ ਸਕਦੇ ਹਾਂ। ਠੀਕ ਹੈ, ਖਾਣਾ ਲੈ ਲਿਆ ਆਪਣੇ? ਲੈ ਲਿਆ? ਹਾਂ, ਔਰ ਲੈਣਾ ਤਾਂ ਔਰ ਲੈ ਲਓ, ਭਰ ਪੇਟ ਲੈ ਲਓ, ਸ਼ਾਮ ਤੱਕ ਕੇ ਲਈ ਪੇਟ ਭਰ ਕੇ ਖਾਣਾ ਅੱਜ। ਮਾਂ ਉੱਧਰ ਜਾ ਕੇ ਪੁੱਛ ਲਓ, ਵਹਾਂ ਪਰ ਮਿਲ ਜਾਏਗਾ ਆਪਕੋ। ਚਲੋ, ਹਾਂ ਉਹ ਲੈ ਲੇ, ਜਬ ਬਚ ਜਾਏਗਾ ਫਿਰ ਆਪ ਔਰ ਲੈ ਲੈਣਾ। ਅਭੀ ਕੇ ਲਈ ਹੋ ਗਿਆ ਆਪਕਾ ਖਾਣਾ? ਅਭੀ ਹੋ ਗਿਆ ਨਾ? ਬਸ ਠੀਕ ਹੈ, ਦੋ ਘਰ ਕੇ ਚਲ ਗਿਆ ਕੰਮ। ਅੱਛਾ, ਉਹ ਕੰਮ ਪੇ ਚਲਾ ਗਿਆ? ਚਲੋ ਠੀਕ ਹੈ, ਠੀਕ ਹੈ, ਕੋਈ ਬਾਤ ਨਹੀਂ।
ਦੋਸਤੋ ਦਿਸ ਇਜ਼ ਹਾਓ ਵੀ ਕੈਰਿੰਗ ਫੂਡ ਟੂ ਡਿਸਟ੍ਰੀਬਿਊਟ। ਇਹ ਜੋ ਅਸੀਂ ਰਾਤੀ ਫੂਡ ਕਲੈਕਟ ਕੀਤਾ ਸੀਗਾ ਐਂਡ ਇਹ ਕਲੋਥਸ ਜੋ ਅਸੀਂ ਆਪਣੇ ਨਾਲ ਗੱਡੀ 'ਤੇ ਲੈ ਕੇ ਚੱਲਦੇ ਨੇ। ਠੀਕ ਹੈ, ਜਸਟ ਹੈਵ ਅ ਕੁਇਕ ਲੁੱਕ। ਮੈਂ ਤੁਹਾਨੂੰ ਆਪਣੇ ਕੁਛ ਹੋਰ ਨਿਊ ਮੈਂਬਰਸ ਨਾਲ ਦੋਸਤੋ ਮਿਲਾਉਣਾ ਚਾਹੂੰਗਾ। ਗੁਰਜੀਤ ਸਰ, ਵੀ ਆਰ ਲਾਈਵ ਔਨ ਫੇਸਬੁੱਕ ਫਰੋਮ ਆਰ ਓਫੀਸ਼ੀਅਲ ਸਵਮੈਂਟੀ ਸਵ ਗੋਡ ਪੇਜ, ਸੋ ਜਸਟ ਵਾਂਟਿਡ ਟੂ ਹੈਵ ਅ ਕੁਇਕ ਬਾਈਟ ਫਰੋਮ ਯੋਰ ਸਾਈਡ। ਹੈਲੋ ਫਰੈਂਡਸ, ਵੀ ਆਰ ਫਰੋਮ ਦ ਸਰਵ ਹਿਊਮੈਨਿਟੀ ਸਰਵ ਗੋਡ ਟੀਮ ਐਂਡ ਵੀ ਹੈਵ ਕਮ ਟੂ ਦਿਸ ਵਿਲੇਜ। ਆਫ ਲੇਟ ਵੀ ਹੈਵ ਸਟਾਰਟਡ ਦਿਸ ਕਲੈਕਟਿੰਗ ਦ ਫੂਡ ਐਂਡ ਡਿਸਟ੍ਰੀਬਿਊਟਿੰਗ ਟੂ ਦ ਪੂਅਰ ਪੀਪਲ। ਇਟਸ ਸਮਥਿੰਗ ਆਫ ਇਸ ਸੋਰਟ, ਦੇ ਕੈਨ ਨਾਟ ਹੈਵ ਇਟ ਇਨ ਦੇਅਰ ਡੇਲੀ ਲਾਈਫ। ਦਿਸ ਫਾਈਵ ਸਟਾਰ ਫੂਡ ਵਾਟ ਵੀ ਆਰ ਸਰਵਿੰਗ, ਵੀ ਆਰ ਕਲੈਕਟਿੰਗ, ਆਵਰ ਟੀਮ ਇਜ਼ ਕਲੈਕਟਿੰਗ ਇਨ ਦ ਨਾਈਟ ਮੈਂਬਰਸ ਐਂਡ ਵੀ ਵੁੱਡ ਐਪਰੀਸ਼ੀਏਟ we would get more volunteers in Tri-City Chandigarh and our team is expanding. I would request everyone to come forward. Let's all become a team. So and then David, team should expand more. Thank you so much sir. Dosto ye sada halle tak da youngest member hai Perry. Theek hai guys, I will request all of you to join our team. As I am the youngest person here, I am getting more information about how we can help others. So I would request you to join Self-Humanity and Self-God. So please join us. Thank you so much, Perry. Thank you so much. Dosto, ab sade naal kuch hor volunteer jude ne. We are live on our Facebook page. Theek hai. ਦੋਸਤੋ, ਇਹ ਜੋ ਆਪਣੇ ਫਰੈਂਡਸ ਤੁਸੀਂ ਦੇਖ ਰਹੇ ਹੋ, ਇਹਨਾਂ ਨੇ ਸਾਡੇ ਨਾਲ ਬਹੁਤ ਮਦਦ ਕੀਤੀ ਹੈ। ਦੇ ਰੀਸੈਂਟਲੀ ਜੁਆਇੰਡ ਅਸ ਐਂਡ ਦੇ ਆਰ ਹੈਲਪਿੰਗ ਅਸ ਇਨ ਕਲੈਕਟਿੰਗ ਫੂਡ ਐਵਰੀ ਨਾਈਟ। ਠੀਕ ਹੈ, ਉਹ ਸਾਡੇ ਨਾਲ ਜੁੜਦੇ ਨੇ, ਫੂਡ ਕਲੈਕਟ ਕਰਦੇ ਨੇ। ਜੋ ਅਸੀਂ ਅੱਜ ਇੱਥੇ ਖਾਣਾ ਸਰਵ ਕਰ ਰਹੇ ਹਾਂ, ਉਹਦੇ ਵਿੱਚ ਵੀ ਇਹਨਾਂ ਨੇ ਸਾਡੀ ਕੱਲ੍ਹ ਰਾਤ ਬਹੁਤ ਹੈਲਪ ਕੀਤੀ ਸੀਗੀ। ਵੀ ਆਰ ਲਾਈਵ ਔਨ ਆਰ ਫੇਸਬੁੱਕ ਪੇਜ, ਅਫੀਸ਼ੀਅਲ ਫੇਸਬੁੱਕ ਪੇਜ ਹੈ ਜੋ ਸਰਵਮੈਂਟਿਸ ਆਫ ਗੋਡ ਕਾ। ਸੋ ਜਸਟ ਵਾਂਟਿਡ ਟੂ ਹੈਵ ਅ ਕੁਇਕ ਫੀਡਬੈਕ ਫਰੋਮ ਯੂਅਰ ਸਾਈਡ, ਕੁਛ ਕਿਆ ਕਹਿਣਾ ਚਾਹਤੇ ਹੋ? ਮੈਂ ਚਾਹਤਾ ਹੂੰ ਕਿ ਔਰ ਵੀ ਲੋਕ ਜ਼ਿਆਦਾ ਸੇ ਜ਼ਿਆਦਾ ਜੁੜੇ, ਕਿਉਂਕਿ ਯੇ ਸੇਵਾ ਹੈ ਔਰ ਮਤਲਬ ਆਪਣੇ ਆਪ ਕੋ ਸਕੂਨ ਮਿਲਤਾ ਜਬ ਕਿਸੀ ਕੋ ਹਮ ਦੇਤੇ ਹੈ ਖਾਨਾ ਯਾ ਕਪੜੇ। ਤੋ ਟ੍ਰਾਈ ਸਿਟੀ ਮੇਂ ਅਗਰ ਕੋਈ ਵੀ ਜੁੜਨਾ ਚਾਹਤਾ ਹੈ ਤੋ ਹਮਾਰੇ ਫੇਸਬੁੱਕ ਪੇਜ ਪੇ ਕੰਟੈਕਟ ਕਰਕੇ ਜੁਆਇਨ ਹੋ ਜਾਏ। ਥੈਂਕ ਯੂ, ਥੈਂਕ ਯੂ ਸੋ ਮਚ ਦੋਸਤੋ। ਅਗੇਨ ਆਈ ਰਿਕੁਐਸਟ ਆਲ ਆਫ ਯੂ ਹੂ ਇਜ਼ ਵਾਚਿੰਗ ਅਸ ਕਰੰਟਲੀ ਲਾਈਵ, ਅਤੇ ਜੋ ਸਾਨੂੰ ਬਾਅਦ ਵਿੱਚ ਵੀ ਇਸ ਵੀਡੀਓ 'ਤੇ ਦੇਖੋਗੇ, ਪਲੀਜ਼ ਜੁਆਇਨ ਕਰੋ, ਜੁਆਇਨ ਅਸ, ਹੈਲਪ ਅਸ, ਸਪੋਰਟ ਅਸ, ਵੀ ਨੀਡ ਮੋਰ ਐਂਡ ਮੋਰ ਵਲੰਟੀਅਰਸ। ਜ਼ਿਆਦਾ ਨਹੀਂ, ਹਫ਼ਤੇ 'ਚ ਇੱਕ ਦਿਨ ਕੱਢੋ, ਸਾਡੇ ਨਾਲ ਚਲੋ, ਬਹੁਤ ਸਕੂਨ ਮਿਲੇਗਾ। ਸਹੀ ਕਹਿ ਰਹੇ ਦੋਸਤੋ, ਬਹੁਤ ਸਕੂਨ ਮਿਲੇਗਾ। ਜਸਟ ਹੈਵ ਅ ਲੁੱਕ। ਦੋਸਤੋ, ਜੋ ਟ੍ਰਾਈ ਸਿਟੀ ਤੋਂ ਕੱਪੜੇ ਇਕੱਠੇ ਕਰ ਰਹੇ ਹਾਂ ਔਰ ਲੋਕ ਵੱਧ ਚੜ ਕੇ ਸਾਥ ਦੇ ਰਹੇ ਨੇ, ਉਹੀ ਕੱਪੜੇ ਨੇ ਇਹ ਜੋ ਡਿਸਟ੍ਰੀਬਿਊਟ ਹੋ ਰਹੇ ਨੇ। ਦੋਸਤੋ, ਜੋ ਹੋਟਲਸ ਤੋਂ ਰਾਤ ਨੂੰ ਖਾਣਾ ਇਕੱਠਾ ਹੁੰਦਾ ਹੈ, ਇਹ ਵਲੰਟੀਅਰਸ ਜੁੜੇ ਹੋਏ ਨੇ ਔਰ ਇਹ ਆਪਾਂ ਡਿਸਟ੍ਰੀਬਿਊਟ ਕਰ ਰਹੇ ਹਾਂ ਅੱਗੇ ਕਲੋਨੀਜ਼ ਦੇ ਵਿੱਚ। ਭਈਆ
पहले भी आप ने खाना लिया था जब लास्ट टाइम हम आए थे। पनीर है और है इधर पनीर पैर लूंगा, गर्मी भी ताने में महीना बचा है। लड़का लड़का भेजो कोई लड़का आ जाओ। जय भी दे दो बात ना बात कर रहे इंडियन का इंडियन नहीं, ये बिल्कुल छोटे बच्चा किसका है? घर पे है, घर पे उनके माँ बाप ही हैं जो मतलब ले रहे हैं। अब छोटे के लिए ले रहे हो तो चलो दे ही देंगे। पहनेंगे जब भी तो ले रहे यार, ऐसे क्या करेंगे हम? क्या गर्म कर लो ना, ठंड बाबूजी आपको पता नहीं लगेगा, उसे धरती पिलान बना। नहीं, बस एक हफ्ते बाद आएंगे। अगले शनिवार तक आप देख लेना कि कितने अगली शनिवार ठीक है मेहरबानी। मैंने ना रिकॉर्ड कर लिया है सारा। अच्छा जी सर। अगले आएंगे शनिवार। अच्छा जी सर। फिर देखेंगे। अच्छा। फिर देखेंगे कि पिछली बार कितना यहाँ पर गंद था और अगली बार कितना साफ है। ये इसमें तस्वीर साफ है। आए हो अच्छे से रहो। साफ कर देंगे बाबूजी। हाँ जी। अभी एक घंटे के बाद में जो सफाई करा दे। बस पेट भर के खाओ खाना आज, ठीक है जी? जी। कोशिश करेंगे जितना हम जितनी बार बार यहाँ पर आ सकते हैं आने की। पहले भी एक बार आए थे, अब कोशिश करेंगे फिर आए, कुछ ना कुछ आपके लिए लेके आते रहे, ठीक है भैया? पर अच्छे से रहना, साफ सफाई करके रहना। बस बस साफ करोगे हमारे साथ और भी लोग जुड़ेंगे, वो भी आएंगे फिर, ठीक है? बेटा फोटो खिंचाओगे? फोटो खिंचाओगे? दे आर स्केयर्ड, डर रहे हैं वो, शायद पहली बार देख रहे हैं ऐसे कुछ। दिस इज फूड डिस्ट्रीब्यूशन, नहीं सॉरी क्लोथ, फूड तो हो गया है। दिस इज क्लोथ डिस्ट्रीब्यूशन, साइज देख के नाप के दे रहे हैं। जस्ट हैव अ लुक दोस्तों, जस्ट हैव अ लुक, कैसे भीड़ लग जाती है, कैसे हम लोग डिस्ट्रीब्यूट करते हैं। जिसको मिल गया थोड़ा पीछे हो जाओ।
कपड़ा बहुत प्यारा सबको मिलेगा, लेकिन जिसको मिलेगा पीछे बताना। इसका कपड़ा वही लो जो तुम्हारे काम आए, फालतू इकट्ठे मत करो और आगे भी जाना। लेने के बाद चलो जाओ जाओ। ये बच्चा हाँ इसको छोड़ छोड़ तू, सबसे ज्यादा ले रही कुके वाली। सूट भी दे दे इसका, इतना बड़ा आदमी इधर आने निकलने देने। जस्ट हैव अ लुक फ्रेंड्स, जस्ट हैव अ लुक हाउ हैप्पी दे आर। ਇਹਦੇ ਚਿਹਰਿਆਂ ਦੀ ਸਮਾਈਲ ਦੇਖੋ। ਜੋ ਕੱਪੜੇ ਸਾਡੇ ਲਈ, ਤੁਹਾਡੇ ਲਈ, ਸਾਡੇ ਸਾਰਿਆਂ ਲਈ ਵੇਸਟ ਹੋ ਜਾਂਦੇ ਨੇ, ਉਹ ਕੱਪੜੇ ਇਹਨਾਂ ਲੋਕਾਂ ਨੂੰ ਕਿੰਨੀ ਖੁਸ਼ੀ ਦਿੰਦੇ ਨੇ। ਦੋਸਤੋ, ਸਾਡਾ ਪਰਪਸ ਅੱਜ ਲਾਈਵ ਹੋਣ ਦਾ, ਤੁਹਾਨੂੰ ਇਹ ਵੀਡੀਓ ਦਿਖਾਉਣ ਦਾ ਸਿਰਫ ਇੱਕ ਹੀ ਹੈ, ਇਹ ਕਿ ਅਸੀਂ ਕੀ ਕੰਮ ਕਰਦੇ ਹਾਂ, ਅਸੀਂ ਕਿੱਦਾਂ ਦੇ ਲੋਕਾਂ ਵਾਸਤੇ ਕੰਮ ਕਰਦੇ ਹਾਂ, ਅਤੇ ਤੁਸੀਂ ਪਲੀਜ਼ ਸਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜ ਸਕੋ, ਸਾਡੇ ਨਾਲ ਜੁੜੋ, ਸਾਨੂੰ ਹੈਲਪ ਕਰੋ, ਸਾਨੂੰ ਸਪੋਰਟ ਕਰੋ, ਅਤੇ ਸਾਡੀ ਇਸ ਮੁਹਿੰਮ ਨੂੰ ਅੱਗੇ ਵਧਾਉਣ ਦੇ ਵਿੱਚ ਸਾਡੀ ਮਦਦ ਕਰੋ। ਆਪਾਂ ਜਦ ਗੁਰਪੁਰਬ ਤੇ ਮੋਮਬੱਤੀਆਂ ਲਗਾ ਕੇ ਆਉਂਦੇ ਹਾਂ ਨਾ, ਅੰਕਲ ਜੀ ਨੇ ਗੁਰਦੁਆਰੇ ਤੋਂ 83 ਕੇਜੀ ਮੋਮ ਇਕੱਠਾ ਕੀਤਾ, ਪੂਰੀ ਮੋਮਬੱਤੀਆਂ ਬਣਵਾਈਆਂ ਇੰਡਸਟਰੀਅਲ ਏਰੀਆ ਤੋਂ, ਔਰ ਉਹ ਪੂਰ ਲੋਕਾਂ ਨੂੰ ਵੰਡੀਆਂ ਜਾ ਕੇ। ਅੰਕਲ ਨੇ 4.25 ਲੀਟਰ ਤੇਲ ਇਕੱਠਾ ਕੀਤਾ, ਜੋ ਅਸੀਂ ਦੀਵਿਆਂ 'ਚ ਬਾਲ ਕੇ ਆਉਂਦੇ ਹਾਂ ਨਾ ਗੁਰਪੁਰਬ 'ਤੇ, ਅੰਕਲ ਨੇ ਉਹ ਤੇਲ ਇਕੱਠਾ ਕੀਤਾ ਗਰੀਬਾਂ ਨੂੰ ਦਿੱਤਾ ਨਾ। ਇਸ ਤਰ੍ਹਾਂ ਇਹ ਐਕਚੁਅਲ ਦੇ ਵਿੱਚ ਗੁਰਪੁਰਬ ਮਨਾਉਂਦੇ ਨੇ, ਸਾਡੇ ਵਾਂਗ ਨਹੀਂ ਮੋਮਬੱਤੀਆਂ ਬਾਲ ਕੇ ਆ ਜਾਂਦੇ ਆ। ਦੋਸਤੋ ਦੇਖੋ, ਜਿਵੇਂ ਕਿ ਸਾਨੂੰ ਅੰਕਲ ਬਾਰੇ ਇੱਕ ਹੋਰ ਚੀਜ਼ ਪਤਾ ਲੱਗੀ ਮੈਨੂੰ, ਸਵਰ ਨੇ ਜਿਵੇਂ ਦੱਸਿਆ ਹਰ ਗੁਰਪੁਰਬ 'ਤੇ ਆਪਾਂ ਜਾ ਕੇ ਮੋਮਬੱਤੀਆਂ ਬਾਲ ਕੇ ਆ ਜਾਂਦੇ ਹਾਂ, ਅੰਕਲ ਜੀ ਅਗਲੇ ਦਿਨ ਜਾ ਕੇ ਉਹ ਮੋਮ ਇਕੱਠਾ ਕਰ ਲੈਂਦੇ ਨੇ ਗੁਰਦੁਆਰੇ ਸਾਹਿਬ ਤੋਂ, ਉਸ ਮੋਮ ਨੂੰ ਇੰਡਸਟਰੀਅਲ ਏਰੀਆ ਜਾ ਕੇ ਦੇ ਦਿੰਦੇ ਨੇ ਕਿ ਯਾਰ ਇਹ ਮੋਮ ਮੈਂ ਇਕੱਠਾ ਕੀਤੀ ਦੀ ਮੋਮਬੱਤੀਆਂ ਮੈਂ ਦੋ, ਉਸ ਤੋਂ ਬਾਅਦ ਉਹ ਗਰੀਬਾਂ 'ਚ ਵੰਡ ਦਿੰਦੇ ਨੇ। ਇਹਦੇ ਇਲਾਵਾ ਦੋਸਤੋ, ਜਿਹੜਾ ਤੇਲ ਆਪਾਂ ਉੱਥੇ ਚੜ੍ਹਾਈਦਾ ਹੈ, ਠੀਕ ਹੈ, ਦੀਵਿਆਂ 'ਤੇ, ਉਹ ਤੇਲ ਇਕੱਠਾ ਕਰ ਲੈਂਦੇ ਨੇ। ਕਿੰਨੇ ਹੀ ਲੀਟਰ ਤੇਲ ਅਸੀਂ ਅਗਲੇ ਦਿਨ ਇਕੱਠਾ ਕਰ ਸਕਦੇ ਹਾਂ ਜੇ ਆਪਾਂ ਥੋੜ੍ਹੇ ਜਿਹੇ ਗੁਰਦੁਆਰਿਆਂ ਵਿੱਚ ਘੁੰਮੀਏ, ਅਤੇ ਉਹ ਤੇਲ ਇਕੱਠਾ ਕਰਕੇ ਉਹ ਵੀ ਕਿਸੇ ਨਾ ਕਿਸੇ ਵਰਤੋਂ ਆ ਜਾਂਦਾ ਹੈ, ਠੀਕ ਹੈ। ਅੰਕਲ ਜਦ ਆਪਣੀ ਗੱਡੀ ਚਲਾਉਂਦੇ ਨਾ, ਅੰਕਲ ਆਪਣੀ ਗੱਡੀ ਚਲਾਉਂਦੇ ਬੇਟਾ, ਇਹ ਥਾਂ ਇੱਥੇ ਆ, ਸਿਰ ਤੋਂ ਨਹੀਂ ਬਿਠਾਉਣਾ ਪੈਸੇ, ਬੜੇ ਪਿਓਰ ਵਿਚਾਰਦੇ ਹੋ, ਅਤੇ ਆਹੀ ਸਾਡੀ ਮੋਟੀਵੇਸ਼ਨ ਹੈ ਦੋਸਤੋ। ਇਹਨਾਂ ਤੋਂ ਅੰਕਲ ਤੋਂ ਅਸੀਂ ਸਿੱਖੀ ਦਾ, ਅੰਕਲ ਦਾ ਅਸੀਂ ਲੜ ਫੜ ਲਿਆ ਕਿ ਅੰਕਲ ਜੀ ਅਸੀਂ ਹਲੇ ਬੱਚੇ ਹਾਂ, ਤੁਸੀਂ ਜੋ ਕਰੋਗੇ ਤੁਹਾਨੂੰ ਦੇਖਾਂਗੇ, ਤੁਹਾਤੋਂ ਸਿੱਖਾਂਗੇ, ਤਾਂ ਬੁਰੇ ਕੰਮਾਂ ਤੋਂ ਦੂਰ ਹੋਵਾਂਗੇ, ਚੰਗੇ ਕੰਮਾਂ ਵੱਲ ਤੁਰਾਂਗੇ। ਸਬਕੇ ਮਿਲ ਗਏ, ਉਸਕੇ ਮਿਲ ਗਏ, ਛੋਟੇ ਕੇ ਹਾਂ ਮਿਲ ਗਏ, ਠੀਕ ਹੈ। ਜਾਂਦਾ ਜੀ